ਇਹ ਤਾਰ ਦਾ ਪ੍ਰੋਪੈਲਰ ਇੱਕ ਘੁੰਮਣ ਵਾਲਾ ਖਿਡੌਣਾ ਹੈ। ਇਸ ਲਈ ਤੁਹਾਨੂੰ ਇੱਕ ਰੀਫਿਲ ਸਟਰਾਅ, ਇੱਕ ਸਾਈਕਲ ਦਾ ਗੱਜ ਆਦਿ ਸਮਾਨ ਚਾਹੀਦਾ ਹੋਵੇਗਾ। ਇੱਕ ਸਖਤ ਗੋਲ ਪਲਾਸਟਿਕ ਦੀ ਸ਼ੀਟ ਲੈ ਕੇ ਉਸ ਵਿੱਚ ਕੱਟ ਮਾਰ ਕੇ ਪ੍ਰੋਪੈਲਰ ਬਣਾਓ ਅਤੇ ਮਰੋੜ ਕੇ ਇੱਕ ਪੱਖੇ ਦਾ ਆਕਾਰ ਦੇਵੋ। ਇਸ ਦੇ ਵਿਚਕਾਰ ਇੱਕ ਸਖਤ ਪਲਾਸਟਿਕ ਸਟਰਾਅ ਲਗਾ ਕੇ ਹੈਂਡਲ ਬਣਾਓ। ਇਹ ਪਲਾਸਟਿਕ ਸਟਰਾਅ ਬੁਸ਼ ਬੀਅਰਿੰਗ ਦਾ ਕੰਮ ਕਰੇਗੀ ਅਤੇ ਇੱਕ ਪਲਾਸਟਿਕ ਦੀ ਗੋਲ ਡਿਸਕ ਦੂਜੇ ਸਿਰੇ 'ਤੇ ਲਗਾਓ ਅਤੇ ਇਹਨਾਂ ਦੋਵਾਂ ਨੂੰ ਪਲਾਸਟਿਕ ਤਾਰਾਂ ਨਾਲ ਸਜਾਓ। ਇੱਕ ਸਾਈਕਲ ਦੇ ਚੱਕੇ ਦੇ ਗੱਜ ਨੂੰ ਅੰਦਰ ਰੱਖੋ ਅਤੇ ਇੱਕ ਸਟੋਪਰ ਪਾ ਦਿਓ। ਇਸ ਨੂੰ ਤੁਸੀਂ ਸਜਾ ਸਕਦੇ ਹੋ ਅਤੇ ਜਦੋਂ ਤੁਸੀਂ ਇਸ ਨੂੰ ਛੱਤ ਦੇ ਪੱਖੇ ਹੇਠਾਂ ਰੱਖਦੇ ਹੋ ਤਾਂ ਇਹ ਬਹੁਤ ਸਰਲਤਾ ਨਾਲ ਘੁੰਮਦਾ ਹੈ ਅਤੇ ਬਹੁਤ ਸੁੰਦਰ ਲੱਗਦਾ ਹੈ।